ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਤੇ ਮੈਂ ਤੁਹਾਡਾ ਆਪਣਾ ਦੋਸਤ ਜਗਰਾਜ ਸਿੰਘ ਗਿੱਲ। ਸੋ ਸਾਡੀ ਹਰ ਸਮੇਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਕੋਈ ਅਜਿਹੀ ਵੀਡੀਓ ਲੈ ਕੇ ਤੁਹਾਡੇ ਤੱਕ ਅਜਿਹੀ ਕੋਈ ਜਾਣਕਾਰੀ ਲੈ ਕੇ ਪੇਸ਼ ਹੋਈਏ ਜਿਸ ਤੋਂ ਤੁਹਾਨੂੰ ਕੋਈ ਲਾਹਾ ਮਿਲਦਾ ਹੋਵੇ। ਸੋ ਅੱਜ ਵੀ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਵੈਦ ਰਾਜ ਬੋਹੜ ਸਿੰਘ ਜੀ ਖੁਸ਼ਦਲ, ਜੋ ਸਾਨੂੰ ਕੁਝ ਅਜਿਹੀਆਂ ਬਿਮਾਰੀਆਂ ਦੇ ਜਿਹੜੇ ਉਪਾਅ ਆਪਣੇ ਘਰ ਦੇ ਵਿੱਚ ਵੀ ਦੱਸਣਗੇ ਜਿਸ ਤੋਂ ਸਾਨੂੰ ਕੋਈ ਲਾਹਾ ਹੋ ਸਕੇ। ਸੋ ਸਵਾਗਤ ਕਰ ਦਿੰਦੇ ਹਾਂ ਪਹਿਲਾਂ ਬੋਹੜ ਸਿੰਘ ਜੀ ਖੁਸ਼ਦਲ ਜੀ, ਤੁਹਾਡਾ ਸਵਾਗਤ ਹੈ ਜੀ। ਸਰਦਾਰ ਜਗਰਾਜ ਸਿੰਘ ਜੀ, ਗਿੱਲ ਸਾਹਿਬ, ਤੁਹਾਡਾ ਵੀ ਔਰ ਤੁਹਾਡੇ ਨਿਊਜ਼ ਪੰਜਾਬ ਦੀ ਚੈਨਲ ਦਾ ਔਰ ਜਿੰਨੇ ਵੀ ਸਰੋਤੇ ਦੇਖ ਰਹੇ ਆ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਬੋਹੜ ਸਿੰਘ ਖੁਸ਼ਦਿਲ ਜੀ, ਪਹਿਲਾਂ ਤਾਂ ਤੁਹਾਡਾ ਨਾਮ ਹੀ ਬੜਾ ਸੋਹਣਾ ਹੈਗਾ, ਬੋਹੜ ਸਿੰਘ ਖੁਸ਼ਦਿਲ, ਜੋ ਆਪ ਤਾਂ ਖੁਸ਼ ਰਹਿੰਦੇ ਨੇ ਅੱਜ ਸਾਡੇ ਦਰਸ਼ਕਾਂ ਨੂੰ ਵੀ ਖੁਸ਼ ਰੱਖਣ ਦੀ ਜਿਹੜੇ ਅਜਿਹੇ ਉਪਾਅ ਦੱਸਣਗੇ ਜਿਨ੍ਹਾਂ ਤੋਂ ਖੁਸ਼ ਹੋ ਸਕਣ। ਸੋ ਤੁਹਾਡਾ ਨਾਮ ਦੇ ਵੀ ਪਹਿਲਾਂ ਤੁਹਾਨੂੰ ਵਧਾਈ ਦਿੰਦੇ ਕਿ ਤੁਹਾਡਾ ਜਿਹੜਾ ਨਾਮ ਬੜਾ ਵਧੀਆ ਰੱਖਿਆ ਜੀ, ਖੁਸ਼ਦਿਲ, ਹਮੇਸ਼ਾ ਖੁਸ਼ ਹੀ ਰਹਿੰਦੇ ਹੋ, ਤੁਹਾਡੇ ਚਿਹਰੇ 'ਤੇ ਮੁਸਕਾਨ ਹੀ ਦੱਸ ਰਹੀ ਕਿ ਤੁਸੀਂ ਖੁਸ਼ ਹੀ ਰਹਿੰਦੇ ਹੋ। ਸਰਦਾਰ ਜਗਰਾਜ ਸਿੰਘ ਜੀ, ਗਿੱਲ ਸਾਹਿਬ, ਇਹ 99 ਦੇ ਵਿੱਚ ਮੈਨੂੰ ਅਵਾਰਡ ਮਿਲਿਆ ਸੀ ਖੁਸ਼ਦਿਲ ਦਾ। ਅੱਛਾ ਜੀ, ਕਲਕੱਤੇ ਦੇ ਵਿੱਚ? ਹਾਂਜੀ ਹਾਂਜੀ, ਉੱਥੇ 99 ਦੇ ਵਿੱਚ ਨਗਰ ਕੀਰਤਨ ਇੱਕ ਚੱਲ ਕੇ ਆਇਆ ਸੀਗਾ। ਮੈਂ ਅਜੇ ਪ੍ਰੋਫੈਸ਼ਨਲ ਤੌਰ ਦੇ ਉੱਤੇ ਢਾਡੀ ਵੀ ਹੈ ਜੀ, ਔਰ ਇਹ ਜਿਹੜਾ ਹੈਗਾ ਆਪਾਂ ਨੂੰ ਢਾਡੀ ਵੀ ਵਿਰਾਸਤ ਦੇ ਵਿੱਚ ਮਿਲਿਆ ਹੋਇਆ ਹੈ ਜੀ। ਮੇਰੇ ਪਾਪਾ ਵੀ ਢਾਡੀ ਸੀ, ਮੈਂ ਵੀ ਢਾਡੀ ਹਾਂ, ਔਰ ਅਸੀਂ 3 ਬ੍ਰਦਰ ਇਸ ਵਕਤ ਢਾਡੀ ਸੇਵਾ ਕਰ ਰਹੇ ਹਾਂ ਜੀ। ਇਹ ਅਵਾਰਡ ਆਪਾਂ ਨੂੰ 99 ਦੇ ਵਿੱਚ ਮਿਲਿਆ ਸੀਗਾ ਜੀ, ਖੁਸ਼ਦਿਲ ਦਾ। ਖੁਸ਼ਦਿਲ ਦਾ, ਉਸ ਤੋਂ ਬਾਅਦ ਸੰਗਤ ਨੇ ਪਿਆਰ ਬਹੁਤ ਬਖਸ਼ਿਸ਼ ਕੀਤਾ ਜੀ, ਸਤਿਕਾਰ ਬਹੁਤ ਬਖਸ਼ਿਸ਼ ਕੀਤਾ। ਚਲੋ, ਸੇਵਾ ਕਰ ਰਹੇ ਹਾਂ ਜਿੰਨੀ ਕੁ ਪਰਮਾਤਮਾ ਕਰਵਾ ਰਿਹਾ ਜੀ ਜੀ। ਹਾਂਜੀ, ਤੁਸੀਂ ਚੌਥੀ ਪੀੜ੍ਹੀ ਦੀ ਗੱਲ ਕੀਤੀ ਆ। ਹਾਂਜੀ, ਚੌਥੀ ਪੀੜ੍ਹੀ ਦੇ ਵਿੱਚ ਇਹ ਵਿਰਾਸਤ ਦੇ ਵਿੱਚ ਤੁਹਾਨੂੰ ਮਿਲੀ ਜਿਹੜੀ ਹੈ ਕੋਈ ਛਰੀ ਜਾਂ ਢਾਡੀ ਕਰੀਏ। ਹਾਂਜੀ, ਇਹਦੇ ਨਾਲ ਨਾਲ ਤੁਸੀਂ ਜਿਹੜਾ ਇਹ ਘਰੇਲੂ ਵੈਦ ਦੀ ਵੀ ਗੱਲ ਕਰਦੇ ਪਏ ਹੋ, ਕਿਉਂਕਿ ਤੁਸੀਂ ਵੈਦ ਦਾ ਵੀ ਕੰਮ ਕਰਦੇ ਹੋ। ਹਾਂਜੀ, ਇਹ ਵੀ ਤੁਹਾਡਾ ਜਿਹੜਾ ਸਾਨੂੰ ਪਤਾ ਚੱਲਿਆ ਕਿ ਤੁਹਾਡੀ ਜਿਹੜੀ ਚੌਥੀ ਪੀੜ੍ਹੀ ਜਿਹੜੀ ਹੈਗੀ ਹੈ ਵੈਦ। ਹਾਂਜੀ, ਇਹ ਵੀ ਮੇਰੀ ਚੌਥੀ ਪੀੜ੍ਹੀ ਦੇ ਵਿੱਚ ਹੈ, ਜਿਸ ਆਸ਼ਰਮ ਦੇ ਵਿੱਚੋਂ ਮੈਂ ਪੜ੍ਹਿਆ ਹੋਇਆ। ਮੇਰੇ ਪਾਪਾ ਦਾ ਨਾਮ ਗਿਆਨੀ ਮੇਲਾ ਸਿੰਘ ਆ ਜੀ, ਪਿੰਡ ਡਗਰੂ ਆ ਸਾਡਾ ਜੀ। ਗਿਆਨੀ ਮੇਲਾ ਸਿੰਘ ਜੀ, ਉਹ ਸਵਾਮੀ ਭਗਵਾਨ ਦਾਸ ਜੀ ਦੇ ਸ਼ਿਸ਼ ਹੋਏ ਹੈ, ਮੇਰੇ ਦਾਦਾ ਗੁਰੂ ਸਵਾਮੀ ਭਗਵਾਨ ਦਾਸ ਜੀ। ਉਹਨਾਂ ਦੇ ਗੁਰੂ ਜਿਹੜੇ ਸਵਾਮੀ ਮਸਤ ਰਾਮ ਜੀ, ਮੈਂ ਉਹਨਾਂ ਦੇ ਗੁਰੂ ਜਿਹੜੇ ਸੀ ਸਵਾਮੀ ਪੂਰਨ ਆਨੰਦ ਜੀ। ਜਾਣੀ ਕਿ ਜੇ ਉਸ ਤਰ੍ਹਾਂ ਵੇਖਿਆ ਜਾਵੇ ਤਾਂ ਮੈਂ ਆਪਦੇ ਪਰਿਵਾਰ 'ਚੋਂ ਚੌਥੇ ਥਾਂ ਪੀੜ੍ਹੀ ਦੇ ਵਿੱਚ ਹੈ, ਜਿਸ ਆਸ਼ਰਮ ਦੇ ਵਿੱਚੋਂ ਵਿੱਦਿਆ ਪ੍ਰਾਪਤ ਕੀਤੀ ਹੈ, ਹਾਸਲ ਕੀਤੀ ਹੈ ਇਹ ਵੈਦ ਦੀ, ਉਸ ਆਸ਼ਰਮ ਦੇ ਵਿੱਚੋਂ 21ਵੀਂ ਪੀੜ੍ਹੀ ਦੇ ਵਿੱਚ ਵੈਦ ਹੈ ਜੀ। ਮਤਲਬ ਉੱਥੋਂ 21ਵੀਂ ਗੱਦੀ ਦੇ ਉੱਤੇ ਜਾਂ 21ਵੇਂ ਵਿਰਾਸਤ ਦੇ ਵਿੱਚ ਜਾਂ 21ਵੀਂ ਪੀੜ੍ਹੀ ਦੇ ਵਿੱਚ ਹਾਂ, ਮੈਂ ਉਸ ਆਸ਼ਰਮ ਦੇ ਵਿੱਚੋਂ, ਉਦਾਸੀਨ ਆਸ਼ਰਮ ਹੈ ਜਿਹੜਾ, ਉੱਥੋਂ ਮੈਂ ਵਿੱਦਿਆ ਪ੍ਰਾਪਤ ਕੀਤੀ ਹੈ ਸਰ ਜੀ ਜੀ। ਤੁਸੀਂ ਆਸ਼ਰਮ ਦੀ ਗੱਲ ਕੀਤੀ ਹੈ, ਪੜ੍ਹਾਈ ਪ੍ਰਾਪਤ ਕੀਤੀ ਆ, ਅਸੀਂ ਉਸ ਆਸ਼ਰਮ ਦਾ ਨਾਮ ਜਾਣਨਾ ਚਾਹਾਂਗੇ, ਕਿੱਥੋਂ ਤੁਸੀਂ ਪ੍ਰਾਪਤ ਕੀਤਾ? ਹਾਂਜੀ, ਇਹਦਾ ਉਦਾਸੀਨ ਆਸ਼ਰਮ ਹੈ ਸਾਡਾ, ਡਗਰੂ ਵੀ ਆਸ਼ਰਮ ਬਣਿਆ ਹੋਇਆ, ਇਲਾਕੇ ਦੇ ਵਿੱਚ ਕਾਫੀ ਆਸ਼ਰਮ ਸਾਡੇ ਹੈਗੇ ਆ ਜੀ। ਪਰ ਮੈਂ ਆਸ਼ਰਮ ਦੇ ਵਿੱਚ ਬੈਠ ਨਹੀਂ ਸਕਿਆ, ਉਹਦਾ ਰੀਜ਼ਨ ਕੀ ਸੀ ਕਿ ਮੈਂ ਗ੍ਰਸਤੀ ਹਾਂ ਜੀ ਜੀ, ਕਿਉਂਕਿ ਪਰਿਵਾਰ ਹੈ, ਬੱਚੇ ਹੈ, ਠੀਕ ਹੈ। ਉੱਥੇ ਸੇਵਾ ਜਿਹੜੀ ਅਖਾੜੇ ਦੀ ਸੇਵਾ ਹੁੰਦੀ ਹੈ, ਜਿਵੇਂ ਬ੍ਰਹਮ ਬੂਟਾ ਅਖਾੜਾ ਹੋ ਗਿਆ, ਵੱਡਾ ਅਖਾੜਾ ਹੋ ਗਿਆ, ਇੱਥੇ ਉਦਾਸੀਨ ਮਤ ਦੇ ਵਿੱਚ ਇਹ ਨਹੀਂ ਹੈਗਾ ਕਿ ਉੱਥੇ ਗ੍ਰਸਤੀ ਜੀਵਨ ਨਹੀਂ ਹੈਗਾ, ਹੈਗਾ ਵਾ, ਪਰ ਆਪਾਂ ਉਸ ਚੀਜ਼ ਨੂੰ ਨਹੀਂ ਕਰਕੇ ਜਾਂ ਉਸ ਵਿੱਦਿਆ ਦੇ ਨਾਲ ਚੱਲ ਕੇ ਆਪਾਂ ਇਸ ਵਿੱਦਿਆ ਨੂੰ ਇੱਕ ਪਾਸੇ ਲੈ ਕੇ ਚਲੇ ਗਏ ਕਿ ਆਪਾਂ ਵੈਦ ਬਣਨਾ, ਵੈਦ, ਠੀਕ ਹੈ ਨਾ। ਉੱਥੋਂ ਵਿੱਦਿਆ ਪ੍ਰਾਪਤ ਕੀਤੀ, ਹਾਸਲ ਕੀਤੀ, ਸਾਡੇ ਗੁਰੂ ਜਨਾਂ ਨੇ ਸਿਖਾਇਆ, ਵੇਦ ਸ਼ਾਸਤਰ ਵੀ ਪੜ੍ਹਾਏ, ਬੜਾ ਕੁਛ ਵਿੱਦਿਆ ਬਖਸ਼ਿਸ਼ ਕੀਤੀ ਸਾਨੂੰ। ਪਰ ਅਸੀਂ ਦੋ ਕਲਾ ਦੇ ਵਿੱਚ ਹੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ, ਮੇਰਾ ਇੱਕ ਛੋਟਾ ਭਾਈ ਹੈ ਉਹ ਢੱਡ 'ਤੇ ਸੇਵਾ ਕਰਦਾ ਮੇਰੇ ਨਾਲ, ਇੱਕ ਸਰੰਗੀ 'ਤੇ ਸੇਵਾ ਕਰਦਾ ਹੈ, ਅਤੇ ਇਹ ਵੀ ਸਾਨੂੰ ਵਿਰਾਸਤ ਦੇ ਵਿੱਚੋਂ ਮਿਲਿਆ ਜੀ, ਵੀ ਅਸੀਂ 3 ਸਕੇ ਭਾਈ ਹੈ ਔਰ ਇਸ ਕਲਾ ਦੇ ਨਾਲ ਜੁੜੇ ਹੋਏ ਹਾਂ, ਢਾਡੀ ਕਲਾ ਦੇ ਨਾਲ। ਔਰ ਇਸ ਪੀੜ੍ਹੀ ਦੇ ਵਿੱਚ ਜਿਵੇਂ ਮੈਂ ਆਯੁਰਵੈਦਿਕ ਦੀ ਗੱਲ ਕਰਦਾ ਹੈਗਾ, ਆਯੁਰਵੈਦਿਕ ਦੇ ਵਿੱਚ ਮੈਂ ਆਪਦੇ ਭਰਾਵਾਂ ਨੂੰ ਵੀ ਸਿਖਾ ਰਿਹਾ ਹੈਗਾ, ਮੇਰੇ ਕੋਲ ਹੋਰ ਬਹੁਤ ਸਾਰੇ ਬੱਚੇ ਆ ਜਿਹੜੇ ਸਿੱਖ ਰਹੇ ਆ, ਕਿਉਂਕਿ ਆਯੁਰਵੈਦਿਕ ਪੇਟ ਦੇ ਵਿੱਚ ਲੈ ਕੇ ਕਿਸੇ ਨੁਸਖੇ ਨੂੰ ਮਰ ਜਾਣਾ, ਉਦੋਂ ਬਿਹਤਰ ਹੈ ਕਿਸੇ ਬੰਦੇ ਨੂੰ ਰੋਟੀ ਪਾ ਦਿਓ ਜੀ, ਬਿਲਕੁਲ ਜੀ, ਕਿਸੇ ਨੂੰ ਸਿਖਾ ਜਾਓ, ਕਿਉਂਕਿ ਇੱਕ ਤਾਂ ਉਹ ਰੋਟੀ ਪੈ ਜਾਵੇਗਾ, ਇੱਕ ਆਉਣ ਵਾਲੀ ਜਨਰੇਸ਼ਨ ਉਹਦੇ ਨਾਲ ਜੁੜੇਗੀ ਤੇ ਆਉਣ ਵਾਲੀ ਪੀੜ੍ਹੀ ਦਾ ਵੀ ਭਲਾ ਹੋ ਸਕਦਾ, ਭਲਾ ਹੋ ਸਕਦਾ, ਇਹਦੇ ਤੋਂ ਲੋਕ ਫਾਇਦਾ ਲੈ ਸਕਦੇ ਆ, ਫਾਇਦਾ ਲੈ ਸਕਦੇ। ਜੇ ਮੈਂ ਲੈ ਕੇ ਮਰ ਗਿਆ ਤਾਂ ਫਾਇਦਾ ਕੋਈ ਨਹੀਂ, ਉਹਦਾ ਫਾਇਦਾ ਕੋਈ, ਢਿੱਡ ਦੇ ਵਿੱਚ ਕੋਈ ਵੀ ਗੁਣ ਲੈ ਕੇ ਮਰ ਜਾਣਾ, ਕਿਸੇ ਕੋਲੇ ਕੋਈ ਵੀ ਗੁਣ ਹੈਗਾ ਢਿੱਡ 'ਚ ਲੈ ਕੇ ਨਾ ਮਰੋ, ਉਹਨੂੰ ਦੱਸ ਕੇ ਜਾਓ ਜ਼ਰੂਰ, ਜੇ ਦਿੱਤਾ ਹੋਊਗਾ ਤਾਂ ਲੋਕ ਗੁਣ ਵੀ ਕਰਨਗੇ, ਜੇ ਕੋਈ ਰੋਟੀ ਪਾਇਆ ਹੋਊ ਮੇਰੇ ਵਰਗਾ ਤਾਂ 4-6 ਲੜ ਕਮਾ ਕੇ ਆਪਦਾ ਪਰਿਵਾਰ ਦਾ ਪੇਟ ਵੀ ਪਾਲ ਸਕਦਾ। ਸੱਚੀ ਗੱਲ ਹੈ ਇਹ, ਗੱਲਾਂ ਸੱਚੀਆਂ ਨੇ, ਇਹ ਸੱਚੀਆਂ ਨੇ, ਕਿਉਂਕਿ ਅੱਗੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਤੁਸੀਂ ਇੱਕ ਬੰਦੇ ਨੂੰ ਤਾਂ ਜ਼ਰੂਰ ਆਪਦਾ ਗੁਣ ਸਿਖਾ ਕੇ ਜਾਓ। ਜਿਵੇਂ ਹੁਣ ਬਹੁਤ ਸਾਰੇ ਪੇਸ਼ੈਂਟ ਆਉਂਦੇ ਆ ਮੇਰੇ ਕੋਲੇ ਵੀ, ਮੈਂ ਤਾਂ ਉਹਨਾਂ ਨੂੰ ਕਹਿੰਦਾ ਹੁੰਦਾ ਯਾਰ ਸਿੱਖ ਲਓ, ਆਪ ਹੀ ਸਿੱਖ ਲਓ, ਘਰੇ ਬੈਠੇ ਸਿੱਖ ਲਓ, ਵੀ ਤੁਸੀਂ ਮੇਰੇ ਨਾਲ ਫੋਨ 'ਤੇ ਪੁੱਛ ਕੇ ਘਰੇ ਬੈਠੇ ਇਲਾਜ ਕਰ ਸਕਦੇ, ਘਰੇ ਬੈਠੇ ਦਵਾਈ ਬਣਾ ਲਓ, ਘਰੇ ਬੈਠੇ ਦਵਾਈ ਬਣਾ ਲਓ, ਕੋਈ ਇਹੋ ਜਿਹੀ ਮੈਟਰ ਹੀ ਹੈ ਨੀਗਾ, ਪਰਮਾਤਮਾ ਨੇ ਰੋਟੀ ਦੇਣੀ ਹੈ,
ਮੇਰਾ ਬੇਟਾ ਕੈਨੇਡਾ 'ਚ ਹੈ, ਜੇ ਉਹਨੂੰ ਮੈਂ ਕਹਿੰਦਾ ਮਹੀਨੇ ਮਗਰੋਂ 50,000 ਭੇਜ ਦੇ ਤਾਂ ਵੀ ਰੋਟੀ ਸੌਖੀ ਖਾਈ ਜਾ, ਖਾਧਾ ਪੀਤਾ ਮੁੱਕਦਾ ਨਹੀਂ ਗਾ, ਐਵੇਂ ਟੈਨਸ਼ਨ ਲਈ ਜਾਣੀ ਹੈ। ਬਿਲਕੁਲ ਬਿਲਕੁਲ। ਅੱਜ ਫਿਰ ਅਸੀਂ ਵੀ ਤੁਹਾਡਾ ਲਾਹਾ ਲਾਵਾਂਗੇ ਤੇ ਸਾਡੇ ਦਰਸ਼ਕ ਜੋ ਸਾਡੇ ਨਾਲ ਜੁੜੇ ਹੋਏ ਨੇ, ਹਾਂਜੀ, ਅਸੀਂ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਲਾਹੇ ਦੀਆਂ ਕੁਝ ਗੱਲਾਂ ਜਿਹੜੀਆਂ ਜ਼ਰੂਰੀ, ਅਸੀਂ ਸਮਾਂ ਜ਼ਿਆਦਾ ਨਾ ਖਰਾਬ ਕਰਦੇ ਹੋਏ ਅਸੀਂ ਮੇਨ ਟੌਪਿਕ 'ਤੇ ਆਉਂਦੇ ਹਾਂ ਕਿ ਅਸੀਂ ਘਰੇਲੂ ਜਿਹੜਾ ਹੈਗਾ ਅੱਜ ਕੱਲ੍ਹ ਹਰੇਕ ਇਨਸਾਨ ਹਰੇਕ ਨੂੰ ਬਿਮਾਰੀ ਜਿਹੜੀ ਹੈਗੀ ਆ, ਹਾਂਜੀ, ਕਿਤੇ ਨਾ ਕਿਤੇ ਜਿਹੜਾ ਹੈਗਾ ਬਿਮਾਰੀਆਂ ਦੇ ਨਾਲ ਸਾਰਾ ਜਗਤ ਜਿਹੜਾ ਝੂਝ ਰਿਹਾ ਵਾ। ਹਾਂਜੀ। ਸੋ ਇਸ ਕਰਕੇ ਅਸੀਂ ਵੀ ਤੁਹਾਡਾ ਲਾਹਾ ਲਾ ਜਾਵਾਂਗੇ। ਸਭ ਤੋਂ ਪਹਿਲੀ ਗੱਲ ਆ ਕਿ ਅੱਜ ਕੱਲ੍ਹ ਜਿਹੜੀ ਸਮੱਸਿਆ ਕਬਜ਼ ਦੀ ਬਹੁਤ ਜ਼ਿਆਦਾ ਰਹਿੰਦੀ ਹੈ ਲੋਕਾਂ ਨੂੰ, ਕੀ ਕਾਰਨ ਹੋ ਸਕਦਾ, ਕਿਸ ਤਰ੍ਹਾਂ ਦਾ ਉਪਾਅ ਕਰ ਸਕਦੇ ਹਾਂ ਜੀ? ਜਗਰਾਜ ਜੀ, ਜਿਹੜੀ ਕਬਜ਼ ਦੀ ਗੱਲ ਆ ਨਾ, ਉਹ ਤਕਰੀਬਨ 95% ਲੋਕਾਂ ਨੂੰ ਜਿਹੜੀ ਕਬਜ਼ ਦੀ ਪ੍ਰੋਬਲਮ ਹੈਗੀ ਆ ਜੀ, ਕੱਲੀ ਕਬਜ਼ ਦੀ ਨਹੀਂ, ਕਬਜ਼ ਨਾਲ ਗੈਸ ਬਣਨਾ, ਤੇਜ਼ਾਬ ਬਣਨਾ, ਘਬਰਾਹਟ ਹੋਣੀ, ਟਾਈਫਾਇਡ ਹੋਣਾ, ਸੈਕਸ ਦੀ ਪ੍ਰੋਬਲਮ ਹੋਣੀ, ਖੂਨ ਦਾ ਗਾੜ੍ਹਾਪਣ ਹੋਣਾ, ਮਾਈਗ੍ਰੇਨ ਹੋਣਾ, ਕਾਲਾ ਪੀਲੀਆ ਹੋਣਾ, ਲੀਵਰ ਰੋਗ ਹੋਣਾ, ਪਿੱਤ ਦੇ ਰੋਗ ਹੋਣਾ, ਬਹੁਤ ਸਾਰੇ ਰੋਗ ਆ ਜਿਹੜੇ ਉਹ ਕਬਜ਼ ਤੋਂ ਹੋ ਜਾਂਦੇ, ਬਵਾਸੀਰ ਹੋ ਗਈ ਜੀ, ਸਾਰੇ ਕਬਜ਼ ਦੇ ਰੋਗ, ਕਬਜ਼ ਦੇ ਰੋਗ, ਔਰ ਇਹਨੂੰ ਤੁਸੀਂ ਨੋਰਮਲ ਤਰੀਕੇ ਦੇ ਨਾਲ ਘਰੇ ਬੈਠੇ ਠੀਕ ਕਰ ਸਕਦੇ, ਘਰੇ ਬੈਠੇ ਹੀ, ਕਿਸੇ ਚੀਜ਼ ਦੇ ਬਾਹਰ। ਮੈਂ ਤਾਂ ਕਹਿੰਦਾ ਹੁੰਦਾ ਕਿ ਕੋਈ ਬਿਮਾਰੀ ਇਹੋ ਜਿਹੀ ਨਹੀਂ ਹੈਗੀ ਜਿਹਨੂੰ ਬੰਦਾ ਘਰੇ ਬੈਠਾ ਠੀਕ ਨਹੀਂ ਕਰ ਸਕਦਾ। ਉਹਦਾ ਰੀਜ਼ਨ ਕੀ ਹੈ ਕਿ ਸਾਡੀ ਰਸੋਈ ਦੇ ਵਿੱਚ ਸਾਰਾ ਆਯੁਰਵੈਦ ਕੀ ਪਿਆ। ਤੁਸੀਂ ਸਵੇਰ ਦੀ ਸਪੋਜ ਕਰੋ ਚਾਹ ਪੀਂਦੇ ਹੋ, ਚਾਹ ਬੰਦ ਕਰ ਦਿਓ, ਨੋਰਮਲ ਚਾਹ ਬਣਾ ਲਓ, ਵਿੱਚ ਉਹਦੇ ਮਲੱਠੀ ਪਾ ਲਓ, ਵਿੱਚ ਲੌਂਗ ਇਲਾਇਚੀ ਪਾ ਲਓ, ਵਿੱਚ ਉਹਦੇ ਸੌਂਫ ਪਾ ਲਓ, ਬਾਲ ਕੇ ਪੀ ਲਓ, ਆਯੁਰਵੈਦ ਕੀ ਹੈ। ਕਿਉਂਕਿ ਚਾਹ ਦੇ ਵਿੱਚ ਨਿਕੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੈ, ਜਿਹੜਾ ਬੰਦਾ ਤੇਜ਼ਾਬ ਚਾਹ 'ਤੇ ਲੱਗ ਗਿਆ ਉਹਨੂੰ ਕਬਜ਼ ਹੋਣੀ ਹੋਣੀ ਹੈ, ਗੈਸ ਹੋਣੀ ਹੋਣੀ ਹੈ, ਉਹਨੂੰ ਘਬਰਾਹਟ ਹੋਣੀ ਹੋਣੀ ਹੈ, ਅਤੇ ਪਰ ਅਸੀਂ ਸ਼ੁਰੂਆਤ ਹੀ ਸਾਡੀ ਚਾਹ ਤੋਂ ਹੁੰਦੀ ਹੈ। ਬਿਲਕੁਲ ਜੀ, ਜੇ ਕਹਿ ਦਈਏ ਕਿ ਦਿਨ ਚੜ੍ਹਦਾ ਜਦੋਂ ਅਸੀਂ ਬੈਠਦੇ ਸੁੱਤੇ, ਕਈ ਤਾਂ ਮੇਰੇ ਵਰਗਾ ਬ੍ਰਸ਼ ਵੀ ਨਹੀਂ ਕਰਦਾ, ਕਹਿੰਦਾ ਮਾਤਾ ਚਾਹ ਲੈ ਕੇ ਆ ਜਾਂ ਆਪਣੇ ਘਰ ਨਹੀਂ, ਕਿਉਂਕਿ ਚਾਹ ਲਿਆਓ ਪਹਿਲਾਂ ਫਿਰ ਉੱਠਿਆ ਜਾਊਗਾ। ਚਾਹ ਵੀ ਕਿਹੜੀ ਹੁੰਦੀ ਹੈ ਪਿੰਡਾਂ 'ਚ, ਅੱਜ ਕੱਲ੍ਹ ਸ਼ਹਿਰਾਂ 'ਚ ਤਾਂ ਹੋ ਸਕਦਾ ਕੱਪਾਂ 'ਚ ਪੀਂਦੇ ਹੋਣ, ਪਿੰਡਾਂ 'ਚ ਤਾਂ ਐਡੇ ਐਡੇ ਗਲਾਸ ਹੁੰਦੇ ਜੀ, ਅੱਜ ਵੀ ਮੌਜੂਦ ਆ, ਗਲਾਸ ਵੀ ਛੱਡੋ, ਪਹਿਲੇ ਲੋਕ ਤਾਂ ਛੰਨਿਆਂ ਦੇ ਵਿੱਚ ਚਾਹ ਪੀਂਦੇ, ਕੌਲਿਆਂ 'ਚ ਚਾਹ ਪੀਂਦੇ ਸੀ, ਹੁਣ ਵੈਸੇ ਤਾਂ ਬਹੁਤ ਸਾਰੇ ਨੋਰਮਲੀ ਬੱਚੇ ਆਉਂਦੇ ਆ, ਉਹ ਕਹਿੰਦੇ ਜੀ ਅਸੀਂ ਚਾਹ ਪੀਂਦੇ ਨਹੀਂ, ਲਾਇਕ ਨਹੀਂ ਕਰਦੇ, ਵੈਰੀ ਗੁੱਡ ਆ ਉਹਨਾਂ ਬੱਚਿਆਂ ਵਾਸਤੇ, ਉਹ ਬਿਮਾਰੀਆਂ ਤੋਂ ਬਚਦੇ ਆ। ਦੂਸਰੀ ਗੱਲ ਆਪਾਂ ਕਰ ਰਹੇ ਸੀ ਕਬਜ਼ ਦੀ, ਅੱਜ ਹੁਣ ਮੌਸਮ ਚੱਲ ਰਿਹਾ ਖੀਰੇ ਦਾ ਜੀ, ਖੀਰੇ ਨੂੰ ਗ੍ਰੈਂਡਰ ਕਰਕੇ ਤੁਸੀਂ ਇੱਕ ਕੱਪ ਖੀਰੇ ਨੂੰ ਗ੍ਰੈਂਡ ਕਰ ਲਵੋ, ਇੱਕ ਕੱਪ ਜਦੋਂ ਉਹਦਾ ਮਸਾਲਾ ਬਣ ਜਾਵੇ, ਇੱਕ ਕੱਪ ਹੀ ਆਟੇ ਦਾ ਪਾ ਲਵੋ, ਰੋਟੀ ਖਾਂਦੇ ਆਪਾਂ ਜੀ, ਰੋਟੀ ਆ ਜਿਹੜੀ ਚੋਕਰ ਵਾਲਾ ਆਟਾ ਖਾਓ, ਛਾਣ ਕੇ ਨਾ ਖਾਓ, ਸੂੜੇ ਵਾਲਾ ਖਾਓ, ਜੋ ਸੂੜੇ ਵਾਲਾ ਆਟਾ ਖਾਓਗੇ ਵੈਸੇ ਹੀ ਕਬਜ਼ ਖੁੱਲ੍ਹ ਜਾਣੀ ਹੈ, ਕਿਉਂਕਿ ਅਸੀਂ ਫਾਈਬਰ ਦੀ ਮਾਤਰਾ ਤਾਂ ਬਾਹਰ ਕੱਢ ਦਿੰਦੇ ਹਾਂ, ਅੰਦਰ ਕੀ ਚੱਲਾ ਗਿਆ ਮੈਦਾ, ਅਤੇ ਮੈਦਾ ਅੰਦਰ ਜੰਮਣਾ ਹੀ ਹੈ। ਹੁਣ ਆਟੇ ਦੇ ਵਿੱਚ ਅਸੀਂ ਰੋਟੀ ਵੀ ਖਾ ਲਈ, ਨਾਲ ਉਹਦੇ ਦਹੀਂ ਵੀ ਖਾ ਲਈ, ਨਾਲ ਉਹਦੇ ਸਬਜ਼ੀ ਵੀ ਖਾ ਲਈ, ਨਾਲ ਉਹਦੇ ਠੰਡਾ ਪਾਣੀ ਵੀ ਪੀ ਲਿਆ ਜਾਂ ਠੰਡੀ ਲੱਸੀ ਪੀ ਲਈ, ਉਹ ਸਾਰੇ ਕਬਜ਼ ਦੇ ਹੀ ਕਾਰਨ ਹੈ ਜੀ, ਠੀਕ ਹੈ ਨਾ। ਹੁਣ ਕਬਜ਼ ਤੋਂ ਹੀ ਲਿਪਿਡ ਪ੍ਰੋਫਾਈਲ ਵੱਧਦਾ, ਮਤਲਬ ਜੇ ਕਬਜ਼ ਅਸੀਂ ਰੋਟੀ ਖਾਂਦੇ ਹਾਂ, ਰੋਟੀ ਨਾਲ ਪਾਣੀ ਪੀ ਲਿਆ, ਰੋਟੀ ਨਾਲ ਪਾਣੀ ਪੀਣ ਤੋਂ ਸਾਡਾ ਖੂਨ ਗਾੜਾ ਹੋ ਜਾਣਾ, ਜਿਹੜਾ ਕਿ ਸਾਨੂੰ 40-45 ਮਿੰਟ ਵੇਦਾਂ ਦੇ ਮੁਤਾਬਕ ਦੱਸਿਆ। ਉਹ ਕਹਿੰਦੇ ਜੇ ਰੋਟੀ ਨਾਲ ਪਾਣੀ ਪੀਣਾ ਤਾਂ ਤੁਸੀਂ 1000 ਪੀ ਰਹੇ ਹੋ ਨਾਲ ਜੀ, ਠੀਕ ਹੈ ਨਾ। ਪਰ ਕਈ ਬੰਦੇ ਸਵਾਲ ਕਰਦੇ, ਉਹ ਕਹਿੰਦੇ ਜੀ ਸਾਡੇ ਬੁਰਕੀ ਨਹੀਂ ਅੰਦਰ ਲੰਘਦੀ ਪਾਣੀ ਤੋਂ ਬਿਨਾਂ, ਨਹੀਂ ਲੱਗਦੀ, ਕਈ ਵਾਰੀ ਹੋ ਜਾਂਦੇ ਹਿਚਕੀ ਲੱਗ ਜਾਂਦੀ ਹੈ। ਹਾਂਜੀ ਜੀ, ਉਹਦਾ ਰੀਜ਼ਨ ਕੀ ਹੈ ਕਿ ਜਿਹੜੀ ਸਵੇਰ ਦੀ ਰੋਟੀ ਖਾਣੀ ਆ ਤੁਸੀਂ, ਜਿਹੜੀ ਸਵੇਰ ਦੀ ਰੋਟੀ ਖਾਣੀ ਆ, ਉਹਦੇ ਨਾਲ ਥੋੜ੍ਹਾ ਜੂਸ ਲੈ ਲਓ ਜੀ, ਜੂਸ ਲਓ ਜਿਹੜਾ ਫਰੂਟ ਇਸ ਵਕਤ ਮੌਸਮੀ ਫਰੂਟ ਹੈ, ਜਦੋਂ ਤੁਸੀਂ ਬੇਮੌਸਮੀ ਫਰੂਟ ਦਾ ਜੂਸ ਲਓਗੇ ਨਾ, ਉਹਨੇ ਵੀ ਸਾਨੂੰ ਡਿਸਟਰਬ ਕਰ ਦੇਣੀ ਹੈ, ਜੇ ਮਤਲਬ ਅੱਜ ਕੱਲ੍ਹ ਕਿੰਨੂ ਦਾ ਮੌਸਮ ਨਹੀਂ ਹੈ ਜੀ, ਜੇ ਕਿੰਨੂ ਦਾ ਜੂਸ ਕੱਢ ਕੇ ਪੀ ਲਾਂਗੇ ਤਾਂ ਉਹਨੇ ਕਬਜ਼ ਕਰ ਦੇਣੀ ਹੈ, ਉਹਨੇ ਗੈਸ ਬਣਾ ਦੇਣੀ ਹੈ, ਤੇਜ਼ਾਬ ਬਣਾ ਦੇਣੀ ਹੈ ਉਹਨੇ ਜੀ, ਠੀਕ ਹੈ ਨਾ। ਮੌਸਮੀ ਜਿਹੜਾ ਮੌਸਮ ਦਾ ਫਲ ਹੈ ਉਹਦਾ ਜੂਸ ਕੱਢ ਕੇ, ਜੇ ਮੌਸਮੀ ਫਲ ਨਹੀਂ ਮਿਲਦਾ ਮੌਸਮੀ ਸਬਜ਼ੀ ਲੈ ਲਓ, ਕੱਦੂ ਕਿੰਨਾ ਆਇਆ ਉਹਦਾ ਜੂਸ ਕੱਢ ਲਓ ਪੀ ਲਓ, ਨਾਲ ਦੁਪਹਿਰ ਦੇ ਨਾਲ ਛਾਛ ਪੀ ਲਓ ਥੋੜ੍ਹੀ ਜਿਹੀ, ਥੋੜ੍ਹੀ ਥੋੜ੍ਹੀ ਕਰਕੇ ਛਾਛ ਲੱਸੀ ਪੀ ਲਓ, ਰਾਤ ਦੀ ਰੋਟੀ ਦੇ ਨਾਲ ਦੁੱਧ ਪੀ ਲਓ ਥੋੜ੍ਹਾ ਜਿਹਾ, ਤੇਜ਼ਾਬ ਬਣੇਗਾ ਹੀ ਨਹੀਂ, ਗੈਸ ਹੋਵੇਗੀ ਨਹੀਂ। ਪਰ ਇੱਕ ਗੱਲ ਤਾਂ ਧਿਆਨ ਰੱਖੋ ਕਿ ਜੇਕਰ ਤੁਸੀਂ ਦੁੱਧ ਪੀਂਦੇ ਹੋ ਰਾਤ ਨੂੰ ਪੈਣ ਲੱਗੇ, ਆਮ ਬੰਦੇ ਹੁਣ ਕਈ ਬੰਦੇ ਕਹਿੰਦੇ ਜੀ ਉਹ ਕਹਿੰਦੇ ਵੀ ਦੁੱਧ ਪੀਤੇ ਬਿਨਾਂ ਸਾਨੂੰ ਤਾਂ ਨੀਂਦ ਹੀ ਨਹੀਂ ਆਉਂਦੀ, ਨਹੀਂ ਆਉਂਦੀ, ਨਹੀਂ ਆਉਂਦੀ ਨਾ। ਬਿਲਕੁਲ, ਮੇਰਾ ਵੀ ਇਹੀ ਹਾਲ ਆ ਜੀ, ਮੈਂ ਤਾਂ ਦੱਸਣਾ ਚਾਹੁੰਦਾ ਮੇਰਾ ਵੀ ਇਹੀ ਹਾਲ ਆ। ਪਰ ਦੁੱਧ 5 ਸਾਲ ਦੇ ਬੱਚੇ ਤੱਕ ਹੈ, ਉਹ ਦੁੱਧ ਹੀ ਹੈ ਨਹੀਂ। ਹਾਂਜੀ, ਸਾਡੇ ਲੋਕਾਂ ਨੇ ਇੱਕ ਵਹਿਮ ਪਾਲ ਲਿਆ ਕਿ ਦੁੱਧ ਤੋਂ ਬਿਨਾਂ ਸਾਡੇ ਸਰੀਰ 'ਚ ਕੈਲਸ਼ੀਅਮ ਨਹੀਂ ਪੂਰੀ ਹੁੰਦੀ ਜੀ। ਬਿਲਕੁਲ, ਤੁਸੀਂ ਖੋਪੇ ਦੀ ਗਿਰੀ ਲੈ ਲਓ ਸਰਦਾਰ ਜੀ, ਖੋਪੇ ਦੀ ਗਿਰੀ ਲੈ ਕੇ ਜਗਰਾਜ ਜੀ ਉਹਨੂੰ ਕੱਦੂਕਸ਼ ਕਰ ਲਓ ਜੀ, ਕੱਦੂਕਸ਼ ਕਰਕੇ ਜਾਂ ਮਿਕਸੀ 'ਚ ਗ੍ਰੈਂਡ ਕਰਕੇ ਉਹਦੇ 'ਚ 2 ਗਲਾਸ ਪਾਣੀ ਪਾ ਲਓ, ਨਿਚੋੜ ਲਓ ਉਹਨੂੰ, ਉਹ ਦੁੱਧ ਪੀ ਲਓ। ਜੇ ਦੁੱਧ ਹੀ ਪੀਣਾ ਚਿੱਟਾ ਕਰਕੇ ਪੀਣਾ ਉਹ ਪੀ ਲਓ, ਜੇ ਆਪਾਂ ਦੁੱਧ ਬਿਨਾਂ ਨਹੀਂ ਰਹਿ ਸਕਦੇ। ਅੱਛਾ, ਕਿਉਂਕਿ ਜਦੋਂ ਦੁੱਧ ਅਸੀਂ ਦੁੱਧ ਨੂੰ ਜ਼ਿਆਦਾ ਮਾਤਰਾ 'ਚ ਲੈਂਦੇ ਹਾਂ, ਦੁੱਧ ਨਾਲ ਹੀ ਕਬਜ਼ ਹੁੰਦੀ ਹੈ, ਦੁੱਧ ਨਾਲ ਯੂਰਿਕ ਐਸਿਡ ਹੁੰਦਾ, ਦੁੱਧ ਨਾਲ ਗੈਸ ਹੁੰਦੀ ਹੈ, ਦੁੱਧ ਨਾਲ ਕਬਜ਼ ਜਿਹੜਾ ਮੇਨ ਰੂਪ ਆ ਦੁੱਧ ਹੀ ਹੁੰਦਾ ਆ ਜੀ, ਠੀਕ ਹੈ। ਕਬਜ਼ ਤੁਸੀਂ, ਮੈਂ ਜਿਵੇਂ ਰੋਟੀ 'ਚ ਖੀਰਾ ਦੱਸਿਆ,
ਉਹਨੂੰ ਸਪਤਕ ਰੋਟੀ ਕਹਿੰਦੇ ਆ। ਮਤਲਬ ਇੱਕ ਕੱਪ ਤੁਸੀਂ ਲੈ ਲਓ ਆਟੇ ਦਾ ਅਤੇ ਡੇਢ ਕੱਪ ਲੈ ਲਓ ਕਿਸੇ ਵੀ ਸਬਜ਼ੀ ਦਾ, ਫਰੂਟ ਦਾ ਜਾਂ ਕਿਸੇ ਫਲ ਦਾ ਲੈ ਕੇ ਉਹਦੇ ਵਿੱਚ ਗੁੰਨ ਲਵੋ, ਉਹਨੂੰ ਸਪਤਕ ਰੋਟੀ ਬੋਲਦੇ ਆ। ਜਦੋਂ ਸਪਤਕ ਰੋਟੀ ਖਾਣ ਲੱਗ ਜਾਓਗੇ ਐਟੋਮੈਟਿਕਲੀ ਕਬਜ਼ ਟੁੱਟ ਜਾਣੀ। ਇਹ ਕਿੰਨੇ ਕੁ ਦਿਨ ਜਿਹੜਾ ਹੈਗਾ ਤੁਸੀਂ ਦੱਸਿਆ ਕਿ ਜਾਂ ਕੱਦੂ ਨੂੰ ਤੁਸੀਂ ਕੱਦੂ ਕਸ਼ ਕਰਕੇ ਤੁਸੀਂ ਕੰਮ ਸੇ ਕੰਮ ਇੱਕ ਹਫ਼ਤਾ ਕਰਕੇ ਦੇਖੋ ਕਿੰਨਾ ਰਿਜ਼ਲਟ ਮਿਲਦਾ, ਫਿਰ ਕਰੀ ਚੱਲੋ, ਫਿਰ ਛੱਡ ਹੀ ਨਹੀਂ ਸਕਦੇ। ਅੱਛਾ, ਫਿਰ ਛੱਡ ਨਹੀਂ ਸਕਦੇ, ਫਿਰ ਛੱਡ, ਕਿਉਂਕਿ ਉਹ ਸਵਾਦ ਹੀ ਬਹੁਤ ਲੱਗਦੀ ਰੋਟੀ। ਅੱਛਾ ਅੱਛਾ, ਔਰ ਉਹਦੇ ਰੰਗ ਬੜੇ ਸੋਹਣੇ ਲੱਗਦੇ ਆ। ਅੱਛਾ ਜੀ, ਕਿਉਂਕਿ ਜੇ ਸ਼ਕੰਦਰ ਪਾ ਕੇ ਰੋਟੀ ਪਕਾ ਲਈ ਉਹਨੇ ਗੁਲਾਬੀ ਕਰ ਦੇਣਾ, ਜੇ ਖੀਰਾ ਪਾ ਕੇ ਪਕਾ ਲਈ ਉਹਨੇ ਹਰਾ ਕਰ ਦੇਣਾ, ਪਾਲਕ ਪਕਾਏ ਉਹਨੇ ਵੀ ਹਰਾ ਕਰ ਦੇਣਾ, ਠੀਕ ਹੈ ਨਾ। ਮੂਲੀਆਂ ਵਾਲਿਆਂ ਦਾ ਖਾਂਦੇ, ਮੂਲੀਆਂ ਦਾ ਆਪਾਂ ਖਾਂਦੇ ਨੇ, ਸ਼ਕੰਦਰ ਵਾਲੀ ਰੋਟੀ ਖਾ ਕੇ ਵੇਖੋ ਤੁਸੀਂ, ਅੱਜ ਲੈ ਕੇ ਜਾਓ। ਕਿਹਦਾ ਭਾਅ, ਇਹਦਾ ਭਾਵ ਵੀ ਜਿਹੜਾ ਹੈਗਾ ਕਬਜ਼ ਦਾ ਛੁਟਕਾਰਾ ਜਿਹੜਾ ਇਹਨਾਂ ਚੀਜ਼ਾਂ ਤੋਂ ਪਾਇਆ ਜਾ ਸਕਦਾ, ਘਰੇ ਬੈਠੇ ਆਪਾਂ ਰੋਟੀ ਨਾਲ ਹੀ ਕਿਸੇ ਹੋਰ ਚੀਜ਼ ਦੀ ਲੋੜ। ਕਿਉਂਕਿ ਕਬਜ਼ ਦੇ ਕਾਰਨ ਜਿਹਦਾ ਵੈਸ ਸਾਹਿਬ ਤੁਸੀਂ ਦੱਸਿਆ ਕਿ ਕਾਫੀ ਬਿਮਾਰੀਆਂ ਜਿਹੜੀਆਂ ਰੂਪ ਧਾਰਨ ਕਰਦੀਆਂ, ਇੱਕ ਬਿਮਾਰੀ ਜਿਹੜੀ 100 ਬਿਮਾਰੀਆਂ ਨੂੰ ਸੱਦਾ ਦੇ ਜਾਂਦੀ ਆ। ਦੇਖੋ ਜੀ, ਸਿਆਣੇ ਕਹਿੰਦੇ ਇੱਕ ਝੂਠ ਬੋਲਿਆ ਤੇ 100 ਝੂਠ ਤੁਹਾਨੂੰ ਹੋਰ ਬੋਲਣਾ ਪੈਣਾ। ਬਿਲਕੁਲ ਦੀ ਗੱਲ, ਠੀਕ ਹੈ ਨਾ। ਖੀਰੇ ਨੂੰ ਕੱਦੂਕਸ਼ ਕਰਕੇ ਦਹੀਂ ਚ ਪਾ ਕੇ ਖਾਣਾ ਸ਼ੁਰੂ ਕਰ ਦਿਓ। ਬਵਾਸੀਰ, ਕਬਜ਼, ਯੂਰਿਕ ਐਸਿਡ ਵਗੈਰਾ ਜਿਹੜਾ ਵਾਧਾ ਹੈਗਾ, ਜਿਹੜੇ ਬੰਦਿਆਂ ਦਾ ਕਈ ਕਹਿੰਦੇ ਸਾਡਾ ਵਾਧਾ ਹੈਗਾ, ਉਹ ਨਾ ਖਾਣ। ਪਰ ਜਿਹਨਾਂ ਨੂੰ ਕਬਜ਼ ਜ਼ਿਆਦਾ ਪ੍ਰੋਬਲਮ ਹੈ, ਜਿਹਨਾਂ ਨੂੰ ਕਬਜ਼ ਦੇ ਨਾਲ ਨਾਲ ਬਵਾਸੀਰ ਹੈ, ਉਹ ਖੀਰਾ ਕੱਦੂਕਸ਼ ਕਰਕੇ ਦਹੀਂ ਚ ਪਾ ਕੇ ਖਾਣਾ ਸ਼ੁਰੂ ਕਰ ਦੇਣ, ਬਵਾਸੀਰ ਵੀ ਠੀਕ ਹੋ ਜਾਏ, ਕਬਜ਼ ਵੀ ਠੀਕ ਹੋ ਜਾਏ, ਦੋਵੇਂ ਚੀਜ਼ਾਂ ਨੋਰਮਲ ਹੀ ਹੈ ਸਾਡੇ ਘਰ ਹੀ ਹੈ। ਉਹਨਾਂ ਚੀਜ਼ਾਂ 'ਚ ਛੁਟਕਾਰਾ ਸੋ ਵੈ ਸਾਹਿਬ ਦਾ ਜਿਹੜਾ ਹੈਗਾ ਨੁਕਤਾ ਤੁਸੀਂ ਧਿਆਨ ਨਾਲ ਜਿਹੜਾ ਗੌਰ ਨਾਲ ਸੁਣਿਓ ਕਿ ਵੈ ਸਾਹਿਬ ਇੱਕ ਵਾਰ ਫਿਰ ਕਹਾਂਗੇ ਦਰਸ਼ਕਾਂ ਨੂੰ ਜਿਹੜਾ ਹੈਗਾ ਇੱਕ ਵਾਰ ਫਿਰ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਉਹਨਾਂ ਨੇ ਕਰਨਾ ਹੈਗਾ, ਜਿਹੜੇ ਖੀਰੇ ਨੂੰ ਕਿੱਦਾਂ, ਜਿਵੇਂ ਅੱਜ ਖੀਰੇ ਦਾ ਮੌਸਮ ਹੈਗਾ ਜੀ। ਹਾਂਜੀ, ਖੀਰੇ ਨੂੰ ਕੱਦੂਕਸ਼ ਕਰ ਲੈਣਾ, ਆਮ ਨੋਰਮਲ ਘਰਾਂ ਦੇ ਵਿੱਚ ਕੱਦੂਕਸ਼ ਹੈਗੇ ਹੀ ਆ ਸਾਰਿਆਂ ਦੇ, ਜੀ ਕੱਦੂਕਸ਼ ਕਰ ਲਵੋ, ਕੱਦੂਕਸ਼ ਕਰਕੇ ਉਹਨੂੰ ਦਹੀਂ 'ਚ ਪਾ ਲਓ, ਇੱਕ ਕੌਲੀ ਦੇ ਵਿੱਚ, ਕੌਲੀ ਦੇ ਵਿੱਚ ਦਹੀਂ ਪਾ ਕੇ ਉਹਦੇ ਵਿੱਚ ਕਾਲਾ ਨਮਕ ਅਤੇ ਕਾਲੀ ਮਿਰਚ ਜਾਂ ਸਿੱਧਾ ਨਮਕ ਅਤੇ ਕਾਲੀ ਮਿਰਚ, ਆਮ ਨੋਰਮਲ ਨਮਕ ਨਹੀਂ ਪਾਉਣਾ ਉਹਦੇ ਵਿੱਚ, ਜਾਂ ਤਾਂ ਕਾਲਾ ਪਾ ਲਓ ਅਤੇ ਜਾਂ ਸਿੱਧਾ ਪਾ ਲਓ, ਕਿਉਂਕਿ ਕਾਲਾ ਨਮਕ ਵੀ ਠੰਡਾ ਹੈ ਜੀ ਅਤੇ ਕਾਲੀ ਮਿਰਚ ਆ ਜਿਹੜੀ ਉਹਦੀ ਤਸੀਰ ਦਹੀਂ 'ਚ ਪਾ ਕੇ ਖਾਓਗੇ ਤਾਂ ਠੰਡੀ ਹੋਊਗੀ ਜੀ, ਉਹਦੇ ਨਾਲ ਵਾਈ ਹਟ ਜਾਵੇਗੀ। ਹੁਣ ਬਵਾਸੀਰ 3 ਪ੍ਰਕਾਰ ਦੀ ਹੈ, ਵਾਈ, ਵਾਦੀ, ਮੌਕੇ ਵਾਲੀ ਅਤੇ ਵਿਆਈ ਵਾਲੀ ਜੀ, ਠੀਕ ਆ ਨਾ। ਉਹ ਤਿੰਨੇ ਠੀਕ ਕਰ ਦਿੰਦਾ ਉਹ ਜੀ, ਹੈ ਨਾ। ਜੋ ਪਰ ਕਰਨਾ ਸਾਨੂੰ ਔਖਾ ਲੱਗਦਾ ਵੀ ਕੌਣ ਖੀਰਾ ਲਿਆ, ਖੀਰਾ ਤਾਂ ਹੁਣ ਜੀ ਘਰਾਂ ਦੇ ਵਿੱਚ ਹੁੰਦਾ, ਜਿਵੇਂ ਅਸੀਂ ਆਮ ਹੀ ਰੋਟੀ ਦੇ ਨਾਲ ਹੁਣ ਸਲਾਦ ਆਪਾਂ ਜਿਹੜਾ ਲੈਂਦੇ ਹੈਗੇ ਆ, ਹਾਂਜੀ, ਤੇ ਉਹ ਲੈਣ ਦਾ ਬੈਨੀਫਿਟ ਮੈਨੂੰ ਲੱਗਦਾ ਘੱਟ ਹੋਊਗਾ ਜੇ ਆਪਾਂ ਐਂ ਲਈਏ ਤਾਂ ਜਿਹੜਾ ਬਾਲਾ ਵਧੀਆ ਹੈਗਾ। ਸਰਦਾਰ ਜੀ, ਰੋਟੀ ਨਾਲ ਤਾਂ ਤੁਸੀਂ ਸਿਰਫ ਕੇਵਲ ਤੇ ਕੇਵਲ ਥੋੜਾ ਲਓ ਖੀਰਾ ਜਾਂ ਕੋਈ ਵੀ ਸਲਾਦ ਲੈਂਦੇ ਹੋ, ਜਿਵੇਂ ਹੁਣ ਗਰਮੀ ਦਾ ਮੌਸਮ ਆ ਗਿਆ ਤੁਸੀਂ ਹਰਾ ਪਿਆਜ਼ ਲੈਣਾ ਸ਼ੁਰੂ ਕਰ ਦਿਓ ਜੀ। ਹਰਾ ਪਿਆਜ਼ ਆ ਜਿਹੜਾ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਨਾਸ਼ ਕਰ ਦਿੰਦਾ ਹੈ, ਕਿਉਂਕਿ ਹਰੇ ਪਿਆਜ਼ ਦੇ ਨਾਲ ਤੁਹਾਡੀ ਗੈਸ ਪਾਸ ਹੋਣ ਲੱਗ ਪੈਣੀ। ਹੁਣ ਕਈ ਬੰਦੇ ਕਹਿੰਦੇ ਸਾਡੇ ਰੇਸ਼ਾ ਬਣਦਾ, ਕੱਚਾ ਪਿਆਜ਼ ਦੂਜਾ ਖਾ ਲਓਗੇ ਉਹਦੇ ਨਾਲ ਰੇਸ਼ਾ ਬਣੂਗਾ, ਹਰਾ ਖਾ ਲਓਗੇ ਨਹੀਂ ਬਣੂਗਾ। ਹਰਾ ਮਤਲਬ ਕਿ ਉਹ ਜਿਹੜਾ ਭੂਕਾ ਵਾਲਾ, ਭੂਕਾ ਵਾਲਾ ਘਰਾਂ ਪਿੰਡਾਂ 'ਚ ਲੱਗਾ ਹੁੰਦਾ ਆਪਣੇ ਖੇਤਾਂ 'ਚ। ਹਾਂਜੀ ਹਾਂਜੀ ਹਾਂਜੀ, ਉਹ ਉਹਦੀਆਂ ਭੂਕਾਂ ਤੋੜ ਕੇ ਜਿਹੜੀਆਂ ਹੈਗੀਆਂ ਉਸ ਪਾਸੇ ਸੜ ਦਿਓ, ਜਾਂ ਚਟਨੀ ਆਮ ਅੱਜ ਕੱਲ੍ਹ ਚੱਲਦੀ ਗਰਮੀ, ਬਹੁਤ ਸਵਾਦ ਬਣਦੀ ਚਟਨੀ ਹਰੇ ਪਿਆਜ਼ ਦੀ, ਠੀਕ ਹੈ ਨਾ। ਉਹਦੇ ਵਿੱਚ ਪੁਦੀਨਾ ਪਾ ਲਓ, ਟਮਾਟਰ ਪਾ ਲਓ, ਕੋਈ ਵੀ ਚੀਜ਼ ਤੁਸੀਂ ਪਾ ਕੇ ਚਲੋ, ਹਰੀ ਮਿਰਚ ਵਰਤ ਲਵੋ ਨੋਰਮਲ ਤਰੀਕੇ ਨਾਲ। ਇਹ ਵੀ ਕਬਜ਼ ਨੂੰ ਹਟਾਉਂਦੇ ਆ ਸਾਰੇ ਚੀਜ਼, ਜਿੰਨੀਆਂ ਸਬਜ਼ੀਆਂ ਜਾਂ ਫਰੂਟ ਆਪਾਂ ਖਾਂਦੇ ਆ ਨਾ, ਪਰ ਮੌਸਮੀ ਹੋਣ, ਉਹ ਮੌਸਮੀ ਇਹ ਨਹੀਂ ਵੀ ਜੇ ਹੁਣ ਆਹ ਮੌਸਮ ਜਿਹੜਾ ਕੱਦੂ ਦਾ ਹੈਗਾ ਤਾਂ ਇਹ ਚੀਜ਼ ਖਾਈ ਜਾਵੇ, ਜਾਂ ਕਿ ਹੁਣ ਜਿਹੜਾ ਮੌਸਮ ਲੰਘ ਗਿਆ ਸਬਜ਼ੀ ਦਾ, ਉਹ ਚੀਜ਼ ਨਹੀਂ, ਉਹ ਨਹੀਂ ਖਾ। ਜਿਵੇਂ ਹੁਣ ਮੌਸਮ, ਸਪੋਜ਼ ਕਰੋ ਤੁਸੀਂ ਵੀ ਹੁਣ ਅੱਜ ਕੱਲ੍ਹ ਵੀ ਗਰਮੀ ਦੇ ਵਿੱਚ ਵੀ ਕਈ ਘਰਾਂ 'ਚ ਸਾਗ ਬਣੀ ਜਾਂਦਾ, ਬਿਲਕੁਲ ਜੀ ਬਣਦਾ, ਤਾਂ ਸਾਗ ਦਾ ਮੌਸਮ ਹੀ ਹੈ ਨਹੀਂ, ਆਪਾਂ ਖਾਈ ਜਾਂਦੇ ਹਾਂ ਉਹ, ਉਹਨੇ ਫਿਰ ਬਰੋੜੇ ਹੀ ਲਾਉਣੇ, ਕੁਛ ਨਾ ਕੁਛ ਕਰਨਾ ਹੀ ਹੈ ਜੀ, ਅੰਦਰ ਜਾ ਕੇ ਵਿਗਾੜ ਹੀ ਕਰਨਾ, ਠੀਕ ਹੈ। ਬਿਲਕੁਲ ਕਿ ਬੇਮੌਸਮੀ ਜਿਹੜੀ ਚੀਜ਼ ਨਹੀਂ ਖਾਣੀ ਚਾਹੀਦੀ, ਆਪਣੀ ਸਰੀਰ ਨੂੰ ਜੇ ਤੰਦਰੁਸਤ ਰੱਖਣਾ ਤਾਂ ਇਹਦਾ ਮਤਲਬ ਕਿ ਜਿਹੜਾ ਮੌਸਮ ਆ ਉਸ ਹਿਸਾਬ ਨਾਲ ਹੀ ਜਿਹੜੀ ਚੀਜ਼ ਆ, ਚਾਹੇ ਫਰੂਟ ਚਾਹੇ ਸਬਜ਼ੀ, ਉਹਨੂੰ ਲੈਣਾ ਚਾਹੀਦਾ। ਹਾਂਜੀ ਹਾਂਜੀ ਜੀ, ਅਤੇ ਇਹਦੇ ਨਾਲ ਹੀ ਜਿਹੜੇ ਰੋਗ ਆ ਸਾਡੇ ਸਰੀਰ ਦੇ, ਅਸੀਂ ਲਾ ਵੀ ਆਪ ਸਕਦੇ ਹਾਂ ਅਤੇ ਹਟਾ ਵੀ ਆ ਸਕਦੇ। ਸਾਡਾ ਸਰੀਰ ਐਸਾ ਹੈ ਕਿ ਜਿਹੜਾ ਰੋਗ ਤੁਸੀਂ, ਪਹਿਲੀ ਗੱਲ ਤਾਂ ਤੁਸੀਂ ਨੈਗੇਟਿਵ ਸੋਚਣਾ ਹੀ ਬੰਦ ਕਰ ਦਿਓ ਜੀ, ਵੀ ਅਸੀਂ ਬਿਮਾਰ ਹਾਂ। ਜਦੋਂ ਤੁਸੀਂ ਨੈਗੇਟਿਵ ਸੋਚੋਗੇ ਨਾ, ਤੁਸੀਂ ਸਪੋਜ਼ ਕਰੋ ਵੀ ਸਾਨੂੰ, ਸਪੋਜ਼ ਕਰੋ ਇੱਕ ਬੰਦੇ ਨੂੰ, ਅਮੈਰੀਕਾ ਦੀ ਇੱਕ ਸਟੱਡੀ ਹੋਈ ਸੀਗੀ, ਉਹਨਾਂ ਨੇ ਕੀ ਕੀਤਾ ਕਿ ਇੱਕ ਬੰਦੇ ਨੂੰ ਉਹਨਾਂ ਨੇ ਕੈਦ ਕਰ ਲਿਆ, ਉਹਨੂੰ ਬੰਨ ਲਿਆ, ਬੰਨ ਕੇ ਉਹਨੂੰ ਕਹਿੰਦੇ ਵੀ ਤੇਰੀ ਜੀਭ ਦੇ ਉੱਤੇ ਨਾ ਸੱਪ ਲੜਾ ਦੇਣਾ ਸੀ ਅਤੇ ਤੇਰੀ ਮੌਤ ਹੋਣੀ ਆ, ਉਹਦੇ ਸੱਪ ਦੇ ਨਾਲ ਮੌਤ ਹੋਣੀ ਹੈ ਜੀ। ਉਹਨਾਂ ਨੇ ਕੀ ਕੀਤਾ ਕਿ ਉਹ ਕੁਛ ਸਮਾਂ ਉਹਦੇ ਦਿਮਾਗ 'ਚ ਇਵੇਂ ਘੁੰਮਦੇ ਰਹੇ ਵੀ ਮੇਰੀ ਜੀਭ 'ਤੇ ਸੱਪ ਲੜੇਗਾ, ਫਿਰ ਮੇਰੀ ਮੌਤ ਹੋ ਜਾਏਗੀ। ਇੱਕ ਦਿਨ ਉਹਨਾਂ ਨੇ ਕੀ ਕੀਤਾ ਕਿ ਸੂਈ ਪੈਨ ਲੈ ਕੇ ਉਹਦੀਆਂ ਅੱਖਾਂ ਬੰਨ ਕੇ ਉਹਦੀ ਜੀਭ 'ਤੇ ਮਾਰਤੇ, 15 ਮਿੰਟਾਂ ਮਗਰੋਂ ਉਹ ਬੰਦੇ ਦੀ ਮੌਤ ਹੋ ਗਈ ਜੀ। ਔਰ ਜਦੋਂ ਪੋਸਟਮਾਰਟਮ ਕੀਤਾ ਗਿਆ ਤਾਂ ਉਹਦੇ ਵਿੱਚੋਂ ਜ਼ਹਿਰ ਪਾਈ ਗਏ, ਪੋਇਜ਼ਨ ਪਾਇਆ ਗਿਆ। ਮਤਲਬ ਜਿੰਨਾ ਅਸੀਂ ਨੈਗੇਟਿਵ ਸੋਚ ਰਹੇ ਹਾਂ, ਓਨੀ ਨੈਗੇਟਿਵਿਟੀ ਸਾਡੇ ਸਰੀਰ ਦੇ ਵਿੱਚ ਕੰਮ ਕਰ ਰਹੀ ਹੈ। ਜਦੋਂ ਤੁਸੀਂ ਕਿਸੇ
ਵੀ ਜੇ ਚੰਗਾ ਹੋਵੇਗਾ ਅਗਲੇ ਦਾ ਚੰਗਾ ਹੋਵੇ ਆਪਣਾ ਵੀ ਚੰਗਾ ਹੋਵੇ। ਜਦੋਂ ਸਾਡੀ ਸੋਚ ਪੋਜ਼ਿਟਿਵ ਹੋ ਗਈ ਉਦੋਂ ਬਿਮਾਰੀਆਂ ਵੈਸੇ ਹੀ ਹਟ ਜਾਂਦੀਆਂ। ਜੀ ਜੀ, ਜਿਵੇਂ ਹੁਣ ਤੁਸੀਂ ਹਮੇਸ਼ਾ ਖੁਸ਼ ਹੀ ਰਹਿੰਦੇ ਹੋ ਤਾਂ ਤਾਂ ਹੀ ਤੁਹਾਨੂੰ ਫਲ ਦਿਲ ਕਿਹਾ ਜਾਂਦਾ। ਇਹਦੇ ਲਈ ਫਿਰ ਸਾਡੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਖੁਸ਼ ਦਿਲ ਹੀ ਰਿਹਾ ਕਰੋ ਜਿਵੇਂ ਸਾਡੇ ਖੁਸ਼ ਦਿਲ ਵੈਦ ਸਾਹਿਬ ਰਹਿੰਦੇ ਨੇ। ਸੋ ਆਪਾਂ ਨੂੰ ਪਹਿਲਾਂ ਅੱਗੇ ਤੋਂ ਵੀ ਇਹ ਜਿਹੜੇ ਹੁਣ ਸਾਡੇ ਨਾਲ ਜੁੜੇ ਰਹਿਣਗੇ, ਕਿਉਂਕਿ ਜਿਹੜੀ ਹਰੇਕ ਬਿਮਾਰੀ 'ਤੇ ਅਸੀਂ ਤੁਹਾਡੇ ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਸੀਂ ਕਿਹੜੀ ਬਿਮਾਰੀ ਦਾ ਇਲਾਜ ਘਰ ਦੇ ਵਿੱਚ ਚਾਹੁੰਦੇ ਹਾਂ, ਤਾਂ ਸਾਨੂੰ ਅਸੀਂ ਬੇਨਤੀ ਕਰਾਂਗੇ ਵੈਦ ਸਾਹਿਬ ਨੂੰ ਕਿ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਾ ਜਿਹੜਾ ਉਪਾਅ ਜਿਹੜਾ ਅੱਜ ਜਿਹੜਾ ਦੱਸਣਗੇ ਇੱਥੇ ਆ ਕੇ। ਸੋ ਸਾਡੀ ਇਹੀ ਬੇਨਤੀ ਰਿਹਾ ਕਰੂਗੀ ਅੱਗੇ ਤੋਂ ਵੀ। ਸੋ ਦਰਸ਼ਕੋ, ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲੋ, ਤਾਂ ਜੋ ਤੁਹਾਨੂੰ ਅਜਿਹੀ ਜਾਣਕਾਰੀ ਸਮੇਂ ਸਮੇਂ ਸਿਰ ਪ੍ਰਾਪਤ ਹੁੰਦੀ ਰਹੇ। ਸੋ ਵੈਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਤੁਹਾਡੇ ਤੋਂ ਅਗਲੀ ਵਾਰ ਨਵੇਂ ਕਿਸੇ ਦਰਸ਼ਕ ਦੀ ਕੋਈ ਗੱਲ ਜਦੋਂ ਮਰਜ਼ੀ ਹੁਕਮ ਕਰੋ ਅਸੀਂ ਤੁਹਾਡੇ ਤੋਂ ਜ਼ਰੂਰ ਘਰੇਲੂ ਨੁਸਖਾ ਲਵਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ। ਸਤਿ ਸ਼੍ਰੀ ਅਕਾਲ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹੁਣ ਸਾਨੂੰ ਦੁਆ ਗਿਆ, ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।